ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐਡਵੋਕੇਟ ਜਰਕਾ ਜਾਫਰੀ ਦੀ ਅਗਵਾਈ ਹੇਠ ਦਿੱਲੀ ਦੰਗਿਆਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਐਤਵਾਰ ਦੇ ਦਿਨ ਮਲੇਰਕੋਟਲਾ ਵਿਖੇ ਵੱਡੀ ਗਿਣਤੀ 'ਚ ਮਹਿਲਾਵਾਂ ਸਮੇਤ ਵੱਖ ਵੱਖ ਸੰਗਠਨਾਂ ਵੱਲੋਂ ਸ਼ਹਿਰ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਸੰਗਠਨਾਂ ਵੱਲੋਂ ਸ਼ਹਿਰ ਵਿੱਚ ਰੈਲੀ ਕੱਢਦਿਆਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਐਡਵੋਕੇਟ ਜਰਕਾ ਜਾਫਰੀ ਨੇ ਆਖਿਆ ਕਿ ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਦੰਗਿਆਂ ਦੇ ਦੋਸ਼ੀ ਸ਼ਰੇਆਮ ਖੁੱਲ੍ਹੇਆਮ ਘੁੰਮ ਰਹੇ ਨੇ। ਉਨ੍ਹਾਂ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਸੱਤਾ ਵਿੱਚ ਰਹੇਗੀ ਉਦੋਂ ਤੱਕ ਦੇਸ਼ ਦਾ ਮੁਸਲਿਮ ਭਾਈਚਾਰਾ ਸੁਰੱਖਿਅਤ ਨਹੀਂ। ਉਨ੍ਹਾਂ ਆਖਿਆ ਕਿ ਇਨਸਾਫ਼ ਪਾਉਣ ਲਈ ਮਹਿਲਾਵਾਂ ਮਰਦੇ ਦਮ ਤੱਕ ਸੰਘਰਸ਼ ਕਰਦੀਆਂ ਰਹਿਣਗੀਆਂ। ਜਾਫਰੀ ਨੇ ਆਖਿਆ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਵੀ ਅੱਜ ਮਹਿਲਾਵਾਂ ਦੇ ਇਕੱਠ ਅਤੇ ਜੋਸ਼ ਨੂੰ ਘੱਟ ਨਹੀਂ ਕਰ ਸਕੀ। ਉਨ੍ਹਾਂ ਰੈਲੀ ਨੂੰ ਸਫਲ ਬਣਾਉਣ ਲਈ ਰੈਲੀ 'ਚ ਪਹੁੰਚੇ ਵੱਖ ਵੱਖ ਸੰਗਠਨਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਜੀ, ਅੱਜ ਦੇ ਪ੍ਰਦਰਸ਼ਨ ਸਾਡਾ ਅੱਜ ਦਾ ਜੋ ਪ੍ਰਦਰਸ਼ਨ ਹੈ NRC, NPR ਔਰ CAA ਦੇ ਖਿਲਾਫ ਹੈ, ਔਰ ਕਿਉਂਕਿ ਸਾਡੀ ਸੈਕੂਲਰਿਜ਼ਮ ਕੰਟਰੀ ਹੈ ਤਾਂ ਅਸੀਂ ਇੱਕ ਸਾਰਤਾ ਦਾ ਅਧਿਕਾਰ ਮੰਗਦੇ ਹਾਂ, ਸਾਰੇ ਧਰਮਾਂ ਦਾ ਇਕੁਐਲਿਟੀ ਦੇ, ਜੋ ਇਹਦੇ ਵਿੱਚ ਕੀਤਾ ਗਿਆ ਹੈ ਕਿ ਮੁਸਲਮਾਨਾਂ ਨੂੰ ਨਹੀਂ ਇੰਕਲੂਡ ਕੀਤਾ ਗਿਆ। ਇਸ ਤਰ੍ਹਾਂ ਜੋ ਕਮੀਆਂ ਨੇ ਇਹ ਅਸੀਂ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਬਾਰੇ ਸੋਚੇ। ਨਾਮ ਫਰਹਤ ਹੈ। ਮੈਂ NRC ਕੇ ਬਾਰੇ ਮੈਂ ਕਹਿਣਾ ਚਾਹਤੀ ਹੂੰ ਕਿ ਜੋ ਮੋਦੀ ਸਰਕਾਰ ਨੇ ਯੇ ਕਾਲਾ ਕਾਨੂੰਨ ਬਨਾਇਆ ਹੈ, ਯੇ ਇੱਕ ਹਿੰਦੂ ਯਾ ਮੁਸਲਮਾਨ ਯਾ ਸਿੱਖੋ ਕੇ ਲੀਏ ਨਹੀਂ ਹੈ, ਯੇ ਸਾਰੀ ਕੌਮ ਕੇ ਲੀਏ ਹੀ ਖਤਰਨਾਕ ਹੈ, ਸਾਰੀ ਦੁਨੀਆ ਪੂਰੇ ਹਿੰਦੁਸਤਾਨੀਓ ਕੇ ਲੀਏ ਖਤਰਨਾਕ ਹੈ। ਜਿਨ ਲੋਗੋ ਕੇ ਪਾਸ ਆਪਣੇ ਘਰੋਂ ਕੇ ਇਨ ਡਿਗਰੀਓ ਕੇ ਕਾਗਜ਼ ਨਹੀਂ ਹੈ, ਵੋ ਹਮਾਰੇ ਸੇ ਹਮਾਰੇ ਜਾਇਦਾਦੋਂ ਕੇ ਕਾਗਜ਼ ਮੰਗਤੇ ਹੈ। ਹਾਂਜੀ, ਇਹ ਅਸੀਂ ਜਿਸ ਦਿਨ ਦੇ ਆਪਣਾ NRC ਲਾਗੂ ਹੋਇਆ ਅਸੀਂ ਉਸੇ ਦਿਨ ਤੋਂ ਇਸ ਜੱਦੋ ਜਹਿਦ ਦੇ ਵਿੱਚ ਹੈ। ਅਸੀਂ ਪਹਿਲਾਂ ਵੀ ਸਾਨੇ ਰੈਲੀ ਕੱਢੀ ਸੀ ਅਤੇ ਹੁਣ ਵੀ ਅਸੀਂ ਸਾਰੇ ਸੰਘਰਸ਼ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮੋਦੀ ਔਰ ਸ਼ਾਹ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਕਾਲਾ ਕਾਨੂੰਨ ਵਾਪਸ ਲਿੱਤਾ ਜਾਵੇ ਤਾਂ ਕਿ ਦੇਸ਼ ਦੇ ਵਿੱਚ ਹਰ ਤਰ੍ਹਾਂ ਸੁੱਖ ਔਰ ਸ਼ਾਂਤੀ ਹੋਵੇ ਔਰ ਮੇਰਾ ਹਿੰਦੁਸਤਾਨ ਫਿਰ ਸੋਨੇ ਦੀ ਚਿੜੀਆ ਕਹਿਲਾਵੇ। ਅੱਜ ਜੀ ਵਿਮੈਨ ਡੇ ਹੈਗਾ ਆ ਅਤੇ ਸਾਡੇ ਮੁਲਕ ਦੇ ਅੰਦਰ ਇਹ ਪਹਿਲੀ ਵਾਰ ਇਹੋ ਜਿਹਾ ਔਰਤ ਦਿਵਸ ਆ। ਆਜ਼ਾਦੀ ਦੇ ਸੰਘਰਸ਼ ਤੋਂ ਬਾਅਦ ਪਹਿਲੀ ਵਾਰੀ ਸਾਡੀਆਂ ਔਰਤਾਂ ਜਿਹੜੀਆਂ ਨੇ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੂੰ ਲੈ ਕੇ ਅਤੇ ਮੋਦੀ ਸਰਕਾਰ ਦਾ ਜਿਹੜਾ ਫਾਸਿਸਟ ਏਜੰਡਾ ਆ, ਹਿੰਦੂਤਵ ਦਾ ਏਜੰਡਾ ਆ, ਉਹਦੇ ਖਿਲਾਫ ਸਾਡੀਆਂ ਸੜਕਾਂ ਦੇ ਉੱਤੇ ਜਿਹੜੀਆਂ ਔਰਤਾਂ ਨੇ ਉਹ ਨਿਤਰੀਆਂ ਹੈਗੀਆਂ ਨੇ। ਅਤੇ ਮਲੇਰਕੋਟਲੇ ਦੇ ਅੰਦਰ ਜਿਹੜਾ ਅੱਜ ਸਾਡੀਆਂ ਔਰਤਾਂ ਇਹ ਪ੍ਰਦਰਸ਼ਨ ਕਰ ਰਹੀਆਂ ਹੈਗੀਆਂ ਨੇ ਅਤੇ ਜਿਹੜੇ ਅੱਜ ਸੰਘੀ ਟੋਲਾ ਔਰਤਾਂ ਦਾ ਜਿਹੜਾ ਦਿੱਲੀ ਦੇ ਅੰਦਰ ਸ਼ਹੀਦ ਬਾਗ ਨੂੰ ਉਠਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਸ਼ਹੀਦ ਬਾਗ ਉਠਾਓਗੇ ਪੂਰੇ ਮੁਲਕ ਦੇ ਅੰਦਰ ਅਸੀਂ ਬਹੁਤ ਸਾਰੇ ਸ਼ਹੀਦ ਬਾਗ ਲਗਾਵਾਂਗੇ। ਮੋਦੀ ਸਰਕਾਰ ਨੇ ਪ੍ਰਦਰਸ਼ਨ ਜੋ ਹੈ ਇੱਕ ਤਰ੍ਹਾਂ ਦਾ ਪਹਿਲਾਂ ਵੀ ਹੋ ਚੁੱਕਿਆ, ਇੱਕ ਰੈਵੋਲੂਸ਼ਨ ਹੈ, ਇੱਕ ਕ੍ਰਾਂਤੀ, ਇੱਕ ਇਨਕਲਾਬ ਹੈ ਔਰਤਾਂ ਦਾ, ਜਿਨ੍ਹਾਂ ਨੇ ਕਹਿ ਰਹੇ ਸੀਗੇ ਦੱਬੀਆਂ ਹੋਈਆਂ ਨੇ ਕੁਝ ਨਹੀਂ ਕਰ ਸਕਦੀਆਂ, ਉਹਨਾਂ ਦੇ ਹਾਕਿਮਾਂ ਨੂੰ ਇੱਕ ਜਵਾਬ ਹੈ ਕਿ ਔਰਤਾਂ ਆਪਣੇ ਹੱਕ ਲਈ ਬਹੁਤ ਅੱਗੇ ਤੱਕ ਨਿਕਲ ਸਕਦੇ ਔਰ ਅੱਗੇ ਤੱਕ ਜਾਵਾਂਗੇ, ਕਿਉਂਕਿ ਵਹਿਮ ਦਾ ਇਲਾਜ ਲੋਕਾਂ ਕੋਲ ਹੈ। ਸਾਡੀ ਮੰਗ ਇਹ ਹੈ, ਫਾਸ਼ੀਵਾਦ ਸਰਕਾਰ ਹੈ ਇਹ ਆਪਣੀ ਜੋ ਨੀਤੀਆਂ ਕਰ ਰਹੀ ਹੈ ਟਾਰਗੇਟ ਕਰਕੇ ਇੱਕ ਕਮਿਊਨਿਟੀ ਨੂੰ ਜਾਂ ਕੰਸਟੀਟਿਊਸ਼ਨ ਦੇ ਖਿਲਾਫ ਹੈ, ਇਹ ਖਤਮ ਕਰੇ। ਜਦ ਤੱਕ ਖਤਮ ਨਹੀਂ ਹੋਊਗਾ ਅਸੀਂ ਅੱਗੇ ਅੱਗੇ ਆਉਂਦੇ ਰਹਾਂਗੇ। ਸਿਰਫ ਜੰਗ ਦੇ ਮੈਦਾਨ ਤੇ ਨਹੀਂ ਹੁੰਦੀ ਲੜਾਈ, ਨਹੀਂ ਕੋਈ ਫਰਕ ਨਹੀਂ ਪਿਆ, ਜਿੰਨੇ ਮਰਜ਼ੀ ਇਹ ਗੱਲ ਕਰ ਲੈ ਫਰਕ ਨਹੀਂ ਪੈਣਾ, ਕਿਉਂਕਿ ਅਸੀਂ ਮੌਤ ਤੋਂ ਡਰਦੇ ਨਹੀਂ, ਅਸੀਂ ਆਪਣੇ ਹੱਕ ਲਈ ਨਿਕਲੇ, ਕੋਰੋਨਾ ਵਾਇਰਸ ਕੁਛ ਵੀ ਹੋਵੇ ਅਸੀਂ ਪਿੱਛੇ ਨਹੀਂ ਹਟਣਾ। ਹਮ ਸ਼ੀਆ ਨਹੀਂ, ਹਮ ਦਿਓ